ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜਗਦੀਪ ਥਿੰਦ। ਤੁਸੀਂ ਮੇਰੇ ਗੀਤ ਫਲਾਇੰਗ ਕਿਸ ਨੂੰ ਬਹੁਤ ਪਿਆਰ ਦਿੱਤਾ। ਉਮੀਦ ਕਰਦਾ ਕਿ ਆਉਣ ਵਾਲੇ ਗੀਤਾਂ ਨੂੰ ਵੀ ਬਹੁਤ ਪਿਆਰ ਦਿਓਗੇ। ਸੋ ਮੇਰੇ ਨਾਲ ਮੇਰਾ ਬਾਈ ਐਮੀ ਜੋਧਾ ਨਗਰੀ, ਬਹੁਤ ਵਧੀਆ ਲਿਖਦਾ ਵੀਰਾ, ਬਹੁਤ ਵਧੀਆ ਕਲਮ ਬਾਈ ਦੀ, ਵਧੀਆ ਇਨਸਾਨ। ਸਪੈਸ਼ਲ ਕਾਲਜ ਤੋਂ, ਯਾਨੀ ਕਿ ਜਲੰਧਰ ਕਾਲਜ ਪੜ੍ਹਦਾ ਬਾਈ, ਉੱਥੋਂ ਸਪੈਸ਼ਲ ਮਿਲਣ ਲਈ ਆਇਆ ਜੀ ਆਇਆਂ ਬਾਈ ਨੂੰ। ਸੋ ਅੱਜ ਦੇ ਰੋਜ਼ ਡੇ ਦੇ ਉੱਤੇ ਬਾਈ ਨੇ ਲਾਈਨਾਂ ਲਿਖੀਆਂ ਨੇ ਆਪਣੀ ਮਾਂ ਦੇ ਲਈ, ਫੀਲਿੰਗ ਆਪਣੀਆਂ ਜ਼ਾਹਿਰ ਕੀਤੀਆਂ ਨੇ। ਵੈਸੇ ਤਾਂ ਅੱਜ ਦਾ ਦਿਨ ਜਿਹੜਾ ਹੈ ਮਹਿਬੂਬ ਹੁੰਦਾ ਹੈ, ਮਹਿਬੂਬਾਂ ਵਾਸਤੇ ਕਹਿੰਦੇ ਨੇ ਕਿ ਮਹਿਬੂਬ ਨੂੰ ਰੋਜ਼ ਦੇ ਨਾਲ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਬਾਈ ਨੇ ਮਾਂ ਨੂੰ ਕਿੱਦਾਂ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਨਾਲ ਸਾਂਝਾ ਕਰ ਲਈ। ਹੋ ਪਤਾ ਨਹੀਂ ਮੇਰੀ ਮਾਂ ਕਿਉਂ ਕਰਦੀ ਪਿਆਰ ਮੇਰੇ ਨਾਲ ਇੰਨਾ, ਹੋ ਪਤਾ ਨਹੀਂ ਮੇਰੀ ਮਾਂ ਕਿਉਂ ਕਰਦੀ ਪਿਆਰ ਮੇਰੇ ਨਾਲ ਇੰਨਾ, ਹੋ ਮੈਂ ਕਿਹੜਾ ਉਹਨੂੰ ਰੋਜ਼ ਤੋੜ ਕੇ ਫੁੱਲ ਗੁਲਾਬ ਦੇ ਦੇਣਾ, ਹੋ ਮੈਂ ਕਿਹੜਾ ਉਹਨੂੰ ਰੋਜ਼ ਤੋੜ ਕੇ ਫੁੱਲ ਗੁਲਾਬ ਦੇ ਦੇਣਾ। ਹੋ ਕੁਝ ਮਹੀਨਿਆਂ ਦੇ ਪਿਆਰ ਪਿੱਛੇ ਹੈ ਛੱਡ ਨਹੀਂ ਸਕਦਾ ਮਾਂ ਆਪਣੀ, ਕੁਝ ਮਹੀਨਿਆਂ ਦੇ ਪਿਆਰ ਪਿੱਛੇ ਮੈਂ ਛੱਡ ਨਹੀਂ ਸਕਦਾ ਮਾਂ ਆਪਣੀ, ਹੋ ਮੇਰੀ ਗਿੱਲੀ ਥਾਂ ਤੇ ਪੈ ਕੇ ਮੈਨੂੰ ਦਿੰਦੀ ਸੁੱਕੀ ਥਾਂ ਆਪਣੀ, ਹੋ ਮੇਰੀ ਗਿੱਲੀ ਥਾਂ ਤੇ ਪੈ ਕੇ ਜੋ ਦਿੰਦੀ ਮੈਨੂੰ ਸੁੱਕੀ ਥਾਂ ਆਪਣੀ। ਐਵੀਂ ਸਿਆਂ ਇਹ ਰਿਸ਼ਤਾ ਸੱਚਾ, ਐਵੀਂ ਸਿਆਂ ਇਹੋ ਰਿਸ਼ਤਾ ਸੱਚਾ, ਬਾਕੀ ਸਭ ਮਾਲ ਹੈ ਚੈਨਾ। ਹੋ ਪਤਾ ਨਹੀਂ ਮੇਰੀ ਮਾਂ ਕਿਉਂ ਕਰਦੀ ਪਿਆਰ ਮੇਰੇ ਨਾਲ ਇੰਨਾ, ਹੋ ਪਤਾ ਨਹੀਂ ਮੇਰੀ ਮਾਂ ਕਿਉਂ ਕਰਦੀ ਪਿਆਰ ਮੇਰੇ ਨਾਲ ਇੰਨਾ, ਹੋ ਮੈਂ ਕਿਹੜਾ ਉਹਨੂੰ ਰੋਜ਼ ਤੋੜ ਕੇ ਫੁੱਲ ਗੁਲਾਬ ਦੇ ਦੇਣਾ। ਬਾਈ ਦਾ ਲਿਖਿਆ ਗੀਤ ਮੈਨੂੰ ਬਹੁਤ ਚੰਗਾ ਲੱਗਿਆ, ਸੋ ਤੁਹਾਡੇ ਨਾਲ ਸਾਂਝਾ ਕਰ ਰਿਹਾ। ਆਉਣ ਵਾਲੇ ਗਾਣੇ ਬਾਈ ਦੇ ਜਲਦੀ ਤੁਹਾਡੇ ਨਾਲ ਸਾਂਝੇ ਕਰਨ, ਰੱਬ ਰਾਖਾ।